ਪੱਕਾ ਇਸ ਮਿੰਟ ਲੱਗਦਾ ਇਹਨੇ ਪਹਿਲਾ ਦਿਨ ਹੀ ਮੇਰਾ ਖਰਾਬ ਕਰ ਦੇਣਾ ਜਿਮ ਦਾ। ਥੱਕੇ ਪਏ ਹਾਂ ਯਾਰ ਕੁਝ ਜ਼ਿਆਦਾ ਹੀ, ਪਹਿਲੇ ਦਿਨ ਜ਼ਿਆਦਾ ਹੀ ਆਪਾਂ ਕਰ ਲਿਆ ਵਾ। ਹੇ ਗਾਈਸ, ਵੈਲਕਮ ਟੂ ਅਵਰ ਨਿਊ ਵੀਡੀਓ। ਸੋ ਕਿਵੇਂ ਹੋ ਸਾਰੇ ਜਣੇ, ਹੋਪ ਕਰਦਾ ਘੈਂਟ ਹੋਵੋਗੇ। ਸੋ ਅੱਜ ਦੀ ਵੀਡੀਓ ਦਾ ਸੀਨ ਇੱਦਾਂ ਕਿ ਅੱਜ ਮੈਂ ਚੱਲਿਆ ਜਿੰਮ, ਅਤੇ ਟਾਈਮ ਅਰਾਊਂਡ ਹੋ ਗਿਆ 8 ਵੱਜ ਗਏ ਆ, ਅਤੇ ਜਿੰਮ ਮੈਂ ਚੱਲਿਆ। ਅਤੇ ਪਹਿਲਾਂ ਤਾਂ ਜਿੰਮ ਜਾਂਦਾ ਪਹਿਲਾਂ ਤਾਂ ਚੱਲਿਆ ਪੱਠੇ ਪਾਉਣ। ਇੱਕ ਵੱਛਾ ਵਾ ਉੱਥੇ ਰਹਿੰਦਾ, ਇੱਧਰਲੀ ਸਾਈਡ ਨਾਲ ਰੱਖਿਆ ਵਾ, ਅਤੇ ਉਹ ਮਤਲਬ ਵਾਰਾ ਹੈ, ਅਤੇ ਉਹਨੂੰ ਪੱਠੇ ਪਾਉਣੇ ਆ, ਅਤੇ ਮੈਂ ਚੱਲ ਪਾ ਆਉਂਦੀ ਹਾਂ ਸਵੇਰੇ ਸਵੇਰੇ। ਅਤੇ ਹੁਣ ਤਾਂ ਘਰੋਂ ਬਾਹਰ ਨਿਕਲ ਗਏ ਹਾਂ। ਉਹ ਵੱਜਾ ਮੇਬੀ ਤੁਹਾਨੂੰ ਦੇਖ ਗਿਆ ਹੋਵੇ, ਪਤਾ ਨਹੀਂ ਲੋਕ ਕਿਉਂ ਛੱਡ ਦਿੰਦੇ ਇਹਨਾਂ ਨੂੰ, ਪਹਿਲਾਂ ਰੱਖਦੇ ਆ ਅਤੇ ਫਿਰ ਛੱਡ ਵੀ ਦਿੰਦੇ ਆ। ਅੱਛਾ ਸੋ ਪੱਠੇ ਤੇ ਪਾ ਦਿੱਤੇ ਹੋਏ ਆ, ਧੁੱਪੇ ਬੜੀ ਸੋਹਣੀ ਲੱਗੀ ਜੇ। ਸੋ ਗਾਈਸ, ਹੁਣੇ ਮੈਂ ਜਸਟ ਆਪਣੇ ਫਰੈਂਡ ਨੂੰ ਫੋਨ ਕੀਤਾ ਵਾ, ਅਤੇ ਉਹ ਕਹਿੰਦਾ ਕਿ ਤੁਹਾਨੂੰ ਮੈਂ ਪਿਕਅਪ ਕਰਨ ਲਈ ਆ ਰਿਹਾ ਵਾਂ, ਅਤੇ ਮੈਨੂੰ ਬਸ ਉੱਥੋਂ ਤੱਕ ਜਾਣਾ ਪੈਣਾ ਵਾ, ਅਤੇ ਤੁਸੀਂ ਧੁੰਦ ਵੇਖਾ ਜੀ, ਧੁੰਦ ਵੀ ਪੈ ਗਈ ਜੀ। ਮਤਲਬ ਸੋਚ ਰਿਹਾ ਕਾਫੀ ਦਿਨਾਂ ਦਾ ਜਿੰਮ ਜਾਣ ਤੋਂ, ਅਤੇ ਜਾ ਨਹੀਂ ਜਾਂਦੇ ਆ, ਕੋਈ ਨਾ ਕੋਈ ਰੀਜ਼ਨ ਹੋ ਜਾਂਦਾ ਸੀ, ਕਦੀ ਕੋਈ ਮੋਟਰਸਾਈਕਲ ਦਾ ਰੀਜ਼ਨ ਹੋ ਜਾਂਦਾ ਸੀ, ਕਦੀ ਕੋਈ ਸੁਸਤੀ ਜੀ ਪੈਣ ਦੀ ਹਾਲ 'ਚ ਬੰਦੇ ਹਾਂ, ਕੀ ਕਰੀਏ। ਬਟ ਅੱਜ ਹਿੰਮਤ ਕਰੀ ਉੱਠ ਹੀ ਗਏ ਹਾਂ, ਅਤੇ ਨਾਲੇ ਸੋਚਿਆ ਵਲੋਗ ਵੀ ਬਣਾ ਲਈਏ, ਕਿਉਂਕਿ ਕਾਫੀ ਦਿਨਾਂ ਦਾ ਕੋਈ ਵਲੋਗ ਵੀ ਨਹੀਂ ਬਣਿਆ। ਅਤੇ ਬਸ ਹੁਣ ਆਪਣਾ ਫਰੈਂਡ ਪਿਕਅਪ ਕਰਨ ਆ ਰਿਹਾ ਆਪਾਂ ਨੂੰ, ਆਪਾਂ ਜਾ ਕੇ ਉੱਥੇ ਛੇਤੀ ਛੇਤੀ ਜਿੰਮ ਜਾ ਕੇ ਤਾਂ ਦੇਖਦੇ ਹਾਂ। ਅੱਜ ਤਾਂ ਜਿੰਮ ਦੇ ਮੈਨੂੰ ਆਉਂਦਾ ਵੀ ਨਹੀਂ, ਕੋਈ ਡੰਬਲ ਡੁੰਬਲ ਮਾਰਦੇ ਵੀ ਨਹੀਂ ਆਉਂਦੇ ਅਜੇ, ਤਾਂ ਮਤਲਬ ਵਲੋਗ ਕਰਨਾ ਵੀ ਚੰਗੀ ਤਰ੍ਹਾਂ ਨਹੀਂ ਆ ਰਿਹਾ, ਸੰਗ ਹੀ ਬਹੁਤ ਆ ਰਹੀ ਹੈ। ਜਦੋਂ ਕੋਈ ਆ ਰਿਹਾ ਤਾਂ ਮੋਬਾਈਲ ਬੰਦ ਕਰਨ ਨੂੰ ਜੀ ਕਰਨ ਦਾ, ਘਬਰਾਹਟ ਜੀ ਹੋ ਜਾਂਦੀ ਕਿ ਪਤਾ ਨਹੀਂ ਅਗਲਾ ਕੀ ਸੋਚੇਗਾ ਜਾਂ ਕੀ ਕਹੇਗਾ। ਚਲੋ ਹੌਲੀ ਹੌਲੀ ਆਪਾਂ ਵਧਾਵਾਂਗੇ, ਹੁਣ ਜਿਵੇਂ ਮੈਨੂੰ ਲੱਗਦਾ ਮਗਰ ਮੋਟਰਸਾਈਕਲ ਆਉਂਦੇ ਆ, ਗੱਡੀ ਆਉਂਦੀ ਮਗਰ, ਅਤੇ ਹੁਣ ਜੇ ਉਹ ਮੇਰੇ ਬਾਰੇ ਸੋਚੂ ਕੋਈ, ਤਾਂ ਸੋਚੂ ਸਹੀ, ਸੋਚੀ ਜਾਵੇ ਯਾਰ ਜੋ ਹੋਵੇਗਾ। ਐਰ ਕਿ ਨਹੀਂ ਮੋਬਾਈਲ ਬੰਦ ਕਰਨਾ, ਲੰਘ ਗਈ ਤਾਂ ਮੈਂ ਨਾ ਗਾਇਸ ਧੁੱਪ, ਸਹੀ ਗੱਲ ਬੜੀ ਤਾਂ ਘੈਂਟ ਲੱਗੀ ਜੀ ਅੱਜ, ਅਜੇ ਉਹ ਬੰਦ ਰਹੇ ਦਾ ਪਤਾ ਨਹੀਂ ਆਵੇ ਨਾ ਆਵੇ, ਕਦੋਂ ਆਵੇ ਉਹ। ਚਲੋ ਫਿਰ ਜਦੋਂ ਆਊਗਾ ਉਦੋਂ ਮੈਂ ਕਰਨਾ ਫਿਰ ਸਟਾਰਟ ਵਲੋਗ। ਗਾਇਸ ਪੱਠੇ ਲਾ ਕੇ ਪਹੁੰਚ ਤੇ ਗਏ ਹਾਂ, ਉਹਨੇ ਪੱਠੇ ਲਾ ਕੇ ਕਿਹਾ ਸੀ ਕਿ ਪਿਕਅਪ ਕਰੂਗਾ, ਅਤੇ ਪੂਰਾ ਪੱਠੇ ਦੇ ਸਾਹਮਣੇ ਆਪਾਂ ਖਲੋਤੇ ਹਾਂ, ਅਤੇ ਅਜੇ ਤੱਕ ਆਇਆ ਨਹੀਂ ਉਹ, ਪਤਾ ਨਹੀਂ ਪੱਗ ਹੀ ਨਹੀਂ ਬੱਝੀ ਨਹੀਂ ਉਹਦੀ, ਪੱਗਾਂ ਹੀ ਬੜੀਆਂ ਬੰਦਾ ਪੋਚਵੀਆਂ ਜਿਹੀਆਂ ਲਾ ਲਾ ਕੇ, ਅਤੇ ਚਲੋ ਵੇਖਦੇ ਹਾਂ। 8:20 ਹੋ ਗਏ, 8 ਘਰੋਂ ਤੁਰਿਆ ਹਾਂ, 8:20 ਹੋ ਗਏ, 20 ਮਿੰਟ ਹੋ ਗਏ ਡੇਕਦੇ ਡੇਕਦੇ। ਗਾਇਸ ਮਿੰਟ ਲੱਗਦਾ ਇਹਨੇ ਪਹਿਲਾਂ ਦਿਨ ਮੇਰਾ ਖਰਾਬ ਕਰ ਦੇਣਾ ਜਿੰਮ ਦਾ, ਘਰੇ ਨਾ ਚੱਲਿਆ ਮੈਂ, ਛੱਡੋ ਪਰਾਂ ਯਾਰ ਕੀ ਜਿੰਮ ਕਰਨੀ, ਘਰੇ ਜਾਂਦੇ ਹਾਂ। ਆਹ ਫੁੱਲ ਲਾਈਟ ਆ ਇੰਨੇ ਸੈਲਫੀ ਸਟਿੱਕ ਦੀ, ਇੱਕ ਗੱਲ ਹੈਗੀ ਸੈਲਫੀ ਸਟਿੱਕ ਜਾਂ ਟਰਾਈਪੋਡ ਅਸੀਂ ਫੜ ਕੇ ਫੀਲਿੰਗ ਜੀ ਆ ਜਾਂਦੀ, ਕਿ ਕੌਨਫੀਡੈਂਸ ਜਿਹਾ ਆ ਜਾਂਦਾ ਬੰਦੇ 'ਚ ਕਿ ਹਾਂ ਬਈ ਵਲੋਗ ਕਰਦੇ ਹਾਂ, ਵੀਡੀਓ ਬਣਾਉਂਦੇ ਹਾਂ। ਇਹ ਅਜੇ ਤੱਕ ਨਹੀਂ ਆਇਆ, ਅਤੇ ਮੇਰਾ ਲੱਗਦਾ ਪੱਕਾ ਹੁੰਦਾ ਜਾਂਦਾ ਘਰ ਜਾਂਦਾ। ਚਲੋ 5 ਮਿੰਟ ਦੇਖ ਲੈਂਦੇ ਹਾਂ, ਜੇ ਤਾਂ ਆ ਗਿਆ ਠੀਕ ਹੈ, ਨਹੀਂ ਤਾਂ ਘਰ 'ਤੇ ਜਾਵਾਂਗੀ। ਗੱਲ ਜੋ ਜੋ ਟਾਈਮ ਵੱਧਦਾ ਜਾਂਦਾ ਵਾ, ਧੁੰਦ ਵੇਖੋ ਹੋਰ ਤੰਗ ਨਹੀਂ ਹੁੰਦੀ ਜਾਂਦੀ ਜੀ, ਸਵੇਰੇ ਘੱਟ ਸੀ ਅਤੇ ਹੁਣ ਜ਼ਿਆਦਾ ਹੋ ਗਈ ਆ। ਮੈਨੂੰ ਲੱਗਦਾ ਰੱਬ ਵੀ ਚਾਹੁੰਦਾ ਵਾ ਕਿ ਨਾ ਹੀ ਜਾ ਜੀ, ਮੈਂ ਘਰ ਆ ਕੇ ਬਹਿ। ਫਾਈਨਲੀ ਆ ਗਏ ਨੇ, ਅੱਧਾ ਘੰਟਾ ਲੇਟ ਨੇ ਅੱਗੇ ਨੂੰ, ਪਰ ਸ਼ੁਕਰ ਆ ਤਾਂ ਗਿਆ ਹੁਣ। ਮੈਂ ਚੱਲਿਆ ਘਰੇ, ਮੈਂ ਸੋਚੀ ਨਾ ਚੱਲੀਏ ਘਰੇ ਖੇਡੋ ਭਰਾ, ਜਿੱਦਾਂ ਇੰਨੇ ਕੁਛ ਨਹੀਂ, ਮੈਂ ਘਰੇ ਆ ਕੇ ਬੁੱਧੇ ਹਾਂ, ਪਰ ਨਹੀਂ ਤੂੰ ਆ ਗਿਆ ਵਾ ਅਤੇ ਚਲੋ ਠੀਕ ਹੈ। ਖਾਣ ਪੀਣ ਲਈ ਮਾਮਾ ਕੀ ਖਾਣਾ ਤੂੰ, ਕੇਲੇ ਛੱਲੀਆਂ ਕਿੱਥੇ ਲੈ ਜਾਵਾਂ, ਫਾਈਨਲੀ ਪਹੁੰਚ ਗਏ ਹਾਂ ਜਿੰਮ ਦੇ ਵਿੱਚ, ਕੰਮ ਦੇ ਕਮਾਉਂਦੇ, ਹੁਣ ਵੇਖਦੇ ਹਾਂ ਕਿਹੜੀ ਐਕਸਰਸਾਈਜ਼ ਕਰਨੀ ਆ। ਐਡਾ ਕੋਈ ਤਾਂ ਮੈਨੂੰ ਵੀ ਨਹੀਂ ਪਤਾ। ਚਲੋ ਲਾਓ ਲੋਕ ਪ੍ਰਧਾਨ ਸਾਹਿਬ, ਤੋ ਕੋਈ ਇੱਦਾਂ ਦਾ ਜਿੰਮ ਆ, ਪੰਜ ਕਿਲੋ ਦੇ ਰਜਾ ਸੈਮ ਮਾਰਦੀ ਤੇ ਐਵੇਂ। ਚੁੱਪ
ਜਵਾਬ ਹੋਏ ਨੇ ਮੂਰੇ ਲਾ ਤੇ ਲਈ 20 ਕਿਲੋ ਦੀ ਖਾਲੀ ਰੋਡ ਪਰ ਬਾਵਾਂ ਤੋਂ ਲੱਗ ਗਿਆ ਇਧਰ ਵੇਖ ਓਏ ਚੱਲ ਚਲੋ ਚੱਲੀਏ ਹੁਣ ਘਰਾਂ ਨੂੰ ਚੱਲ ਛੇਤੀ ਕਰ ਪੈ ਸੋ ਗਾਇਸ ਹੁਣ ਮੈਂ ਘਰ ਆ ਚੁੱਕਿਆ ਵਾ ਤੇ ਥੱਕੇ ਪਏ ਯਾਰ ਕੁਝ ਜ਼ਿਆਦਾ ਹੀ ਪਹਿਲੇ ਦਿਨ ਜ਼ਿਆਦਾ ਹੀ ਆਪਾਂ ਕਰ ਲਿਆ ਵਾ ਤੇ ਠੀਕ ਹੈ ਫਿਰ ਜੇ ਗਾਂਹ ਖਾਉਣ ਵਾਲਾ ਵਲੋਗ ਹੋਊਗਾ ਤਾਂ ਦਿਖਾਵਾਂਗੇ ਜ਼ਰੂਰ ਹੁਣ ਤਾਂ ਫਿਲਹਾਲ ਤਾਂ ਮੈਂ ਕਰ ਲਈਆਂ ਰੈਸਟ ਸੋ ਠੀਕ ਹੈ ਫਿਰ ਗਾਇਸ ਉਮੀਦ ਤੁਹਾਨੂੰ ਵਲੋਗ ਵਧੀਆ ਲੱਗੇਗਾ ਮਿਲਦੇ ਫਿਰ ਆਪਾਂ ਅਗਲੇ ਵਲੋਗ ਦੇ ਵਿੱਚ ਔਨ ਯਰ ਲਈ ਟਾਟਾ ਬਾਏ ਬਾਏ ਸਨੈਪਚੈਟ ਹੀ ਨਹੀਂ ਮੁੱਕਣੀ ਆਇਆ ਫਿਰ ਚਲੀਏ